ਡিয়ার ਸਟੂਡੈਂਟਸ ਵੈਲਕਮ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਣਾ ਟਾਪਿਕ ਹੈ ਸਕੋਪ ਆਫ ਐਕਸਪੀਰੀਐਂਟਲ ਲਰਨਿੰਗ ਅਨੁਭਵੀ ਸਿੱਖਣ ਦਾ ਖੇਤਰ ਜਾਂ ਤੇਰਾ ਫਸਟ ਹੈ ਇੰਪਾਰਟਸ ਸੇਫ ਲਰਨਿੰਗ এনवायरमेंट ਸਭ ਤੋਂ ਪਹਿਲਾਂ ਇਹਦੇ ਸਕੋਪ ਦੇ ਵਿੱਚ ਇਹ ਹੁੰਦਾ ਹੈ ਕਿ ਜਿਹੜਾ ਸੇਫ ਲਰਨਿੰਗ এনवायरमेंट ਹੈ ਉਹ ਪ੍ਰੋਵਾਈਡ ਕਰਦਾ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਬੱਚਾ ਇਹੋ ਵਧੀਆ ਤਰੀਕੇ ਨਾਲ ਸਿਖਾਉਣ ਦੇ ਲਈ ਉਹਨੂੰ ਕਿਸ ਚੀਜ਼ ਦੀ ਜ਼ਰੂਰਤ ਪੈਂਦੀ ਹੈ ਸੇਫ ਲਰਨਿੰਗ এনवायरमेंट ਦੀ ਤੇ ਜਿਹੜਾ ਐਕਸਪੀਰੀਐਂਸ਼ੀਅਲ ਲਰਨਿੰਗ ਹੈ ਉਹ ਬੱਚੇ ਨੂੰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕੋਆਪਰੇਟਿਵ ਮੈਥਡਸ ਨੇ ਉਹਨਾਂ ਦੇ ਨਾਲ ਜਿਹੜੀ ਵਧੀਆ ਐਜੂਕੇਸ਼ਨ ਆ ਉਹ ਪ੍ਰੋਵਾਈਡ ਕਰਦਾ ਹੈ ਨੈਕਸਟ ਹੈ ਬ੍ਰਿਜਸ ਦਾ ਗੈਪ ਬਿਟਵੀਨ ਥਿਉਰੀ ਐਂਡ ਪ੍ਰੈਕਟਿਸ ਥਿਉਰੀ ਤੇ ਪ੍ਰੈਕਟਿਸ ਦੇ ਵਿਚਕਾਰ ਜਿਹੜਾ ਗੈਪ ਹੁੰਦਾ ਹੈ ਖੱਪਾ ਹੁੰਦਾ ਹੈ ਉਹਨੂੰ ਵੀ ਇਹ ਪੂਰਾ ਕਰਦਾ ਹੈ ਕਿਉਂਕਿ ਐਕਸਪੀਰੀਐਂਟਲ ਲਰਨਿੰਗ ਦੇ ਵਿੱਚ ਬੱਚਾ ਕਿਸ ਤਰੀਕੇ ਨਾਲ ਸਿੱਖਦਾ ਆਪਣੇ ਅਨੁਭਵਾਂ ਦੇ ਨਾਲ ਮੀਨਸ ਬੱਚਾ ਥਿਉਰੀ ਬੁੱਕਸ ਤੋਂ ਪੜ੍ਹਦਾ ਹੈ ਤੇ ਪ੍ਰੈਕਟਿਸ ਉਹਦੀ ਕਿਸ ਤਰੀਕੇ ਨਾਲ ਹੁੰਦੀ ਹੈ ਜਦੋਂ ਉਹ ਐਕਸਪੀਰੀਐਂਟਲ ਲਰਨਿੰਗ ਮੀਨਸ ਅਨੁਭਵੀ ਸਿੱਖਣ ਦੇ ਦੁਆਰਾ ਸਿੱਖਦਾ ਹੈ ਤੇ ਇਹਦੇ ਨਾਲ ਬੱਚੇ ਦਾ ਜਿਹੜੇ ਥਿਉਰੀ ਤੇ ਪ੍ਰੈਕਟਿਸ ਵਾਲਾ ਗੈਪ ਹੈ ਉਹ ਭਰਦਾ ਜਾਂਦਾ ਹੈ ਪਰਸਨਲ ਐਕਸਪੀਰੀਐਂਸਸ ਜੋ ਐਕਸਪੀਰੀਐਂਟਰ ਲਰਨਿੰਗ ਦਾ ਸਕੋਪ ਹੈ ਉਹਦੇ ਵਿੱਚ ਪਰਸਨਲ ਐਕਸਪੀਰੀਐਂਸਸ ਵੀ ਇਨਕਲੂਡ ਹੁੰਦੇ ਆ ਕਿਉਂਕਿ ਜਿੰਨੇ ਵੀ ਬੱਚੇ ਆ ਉਹ ਸਾਰੇ ਆਪਣੇ ਆਪਣੇ ਜੋ ਪਰਸਨਲ ਐਕਸਪੀਰੀਐਂਸ ਹੁੰਦੇ ਨੇ ਉਹਦੇ ਤੋਂ ਸਿੱਖਦੇ ਆ ਕਿਸੇ ਬੱਚੇ ਕੋਲ ਕਿਸੇ ਤਰ੍ਹਾਂ ਦੀ ਨੌਲੇਜ ਹੁੰਦੀ ਹੈ ਕਿਸੇ ਕੋਲ ਕਿਸੇ ਤਰ੍ਹਾਂ ਦੀ ਕਿਉਂਕਿ ਜਿਹੜੇ ਲਰਨਰਸ ਨੇ ਭਾਵੇਂ ਇੰਡੀਵਿਜੂਅਲੀ ਭਾਵੇਂ ਕਿਸੇ ਗਰੁੱਪ ਸਿਚੁਏਸ਼ਨ ਦੇ ਵਿੱਚ ਲਰਨ ਕਰ ਰਹੇ ਨੇ ਬਟ ਉਹਨਾਂ ਦੇ ਜਿਹੜੇ ਐਕਸਪੀਰੀਐਂਸ ਹੁੰਦੇ ਨੇ ਉਹ ਪਰਸਨਲ ਹੁੰਦੇ ਨੇ ਤੇ ਜਿਹੜੇ ਇਸ ਤਰ੍ਹਾਂ ਦੇ ਪਰਸਨਲ ਐਕਸਪੀਰੀਅੰਸ ਹੁੰਦੇ ਨੇ ਉਹ ਬੱਚੇ ਨੂੰ ਸਿੱਖਣ ਦੇ ਲਈ ਹੋਰ ਮੋਟੀਵੇਟ ਕਰਦੇ ਆ ਤੇ ਦੂਸਰਿਆਂ ਦੇ ਨਾਲ ਉਹ ਬੱਚੇ ਸ਼ੇਅਰ ਵੀ ਕਰਦੇ ਆ ਪ੍ਰੋਡਿਊਸਸ ਵੇਰੀਏਬਲਸ ਮਾਈਂਡਸੈਟ ਚੇਂजेस ਐਕਸਪੀਰੀਐਂਟਲ ਲਰਨਿੰਗ ਦੇ ਨਾਲ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਜੋ ਮਾਈਂਡਸੈਟ ਚੇਂजेस ਨੇ ਉਹਨਾਂ ਰੈਕਟਰ ਜਿਹੜੇ ਵੇਰੀਏਬਲਸ ਨੇ ਉਹ ਵੀ ਪ੍ਰੋਡਿਊਸ ਹੁੰਦੇ ਨੇ ਇਹ ਬੱਚਿਆਂ ਦਾ ਜਿਹੜਾ ਕಾಗ್ਨੀਟਿਵ ਡੋਮੇਨ ਜਿਹਦੇ ਵਿੱਚ ਅਸੀਂ ਬੱਚੇ ਦੇ ਜਿਹੜੇ ਮੈਂਟਲ ਸਕਿਲਸ ਨੇ ਉਹ ਆਉਂਦੀਆਂ ਨੇ ਲਰਨਰ ਦੀਆਂ ਤੇ ਉੱਥੋਂ ਜਿਹੜਾ ਬੱਚਾ ਉਹ ਜਿਹੜੀ ਨੌਲੇਜ ਹੈ ਉਹ ਅਪਲਾਈ ਕਰਦਾ ਹੈ ਤੇ ਜੋ ਵੀ ਫਰੂਟਫੁੱਲ ਹੁੰਦੀ ਹੈ ਮੀਨਜ਼ ਜੋ ਵੈਲਿਊਏਬਲ ਹੁੰਦੀ ਹੈ ਜਿਹਦੀ ਜ਼ਰੂਰਤ ਹੁੰਦੀ ਹੈ ਨੈਕਸਟ ਹੈ ਵਾਈਡਨਸ ਅਗੇਂਸਟਮੈਂਟ ਲੈਵਲਸ ਜਿਹੜੇ ਅਗੇਂਜਮੈਂਟ ਲੈਵਲਸ ਨੇ ਮੀਨਜ਼ ਇੱਕ ਦੂਸਰੇ ਨਾਲ ਸਬੰਧਿਤ ਉਹ ਵੀ ਵਿਸ਼ਾਲ ਹੁੰਦੇ ਜਾਂਦੇ ਆ ਇਹਦੇ ਵਿੱਚ ਤੇ ਜਿਹੜਾ ਇਹਦਾ ਇਹ ਰੈਲੇਵੈਂਟ ਸਕੋਪ ਵੀ ਹੈ ਐਕਸਪੀਰੀਐਂਟਲ ਲਰਨਿੰਗ ਦਾ ਕਿ ਇਹਦੇ ਨਾਲ ਜਿਹੜੇ ਲਰਨਰਸ ਦੇ ਲੈਵਲ ਨੇ ਇੰਗੇਜਮੈਂਟ ਦੇ ਲੈਵਲ ਨੇ ਉਹ ਵਾਈਡਨ ਹੁੰਦੇ ਜਾਂਦੇ ਨੇ ਕਿਉਂਕਿ ਜਿਹੜਾ ਬੱਚਾ ਉਹ ਆਪਣੇ ਐਕਟਿਵ ਪਾਰਟਿਸਪੀਟੇਸ਼ਨ ਦੇ ਨਾਲ ਉਹ ਜੋ ਵੀ ਉਹਦੇ ਗੋਲ ਹੁੰਦੇ ਨੇ ਲਾਈਫ ਦੇ ਉਹਨਾਂ ਨੂੰ ਇਜ਼ੀਲੀ ਤੇ ਪ੍ਰੋਫਿਟੇਬਲੀ ਲਰਨ ਕਰਦਾ ਰਹਿੰਦਾ ਹੈ ਨੈਕਸਟ ਹੈ ਪ੍ਰੋਡਿਊਸਸ ਐਕੂਰੇਟ ਅਸੈਸਮੈਂਟ ਰਿਜ਼ਲਟਸ ਐਕਸਪੀਰੀਐਂਟ ਲਰਨਿੰਗ ਹੈ ਜਿਹੜਾ ਉਹ ਇਸ ਕੰਮ ਦੇ ਲਈ ਵੀ ਹੈਲਪ ਕਰਦਾ ਹੈ ਕਿ ਜਿਹੜੀ ਬੈਟਰ ਅਸੈਸਮੈਂਟ ਰਿਜ਼ਲਟਸ ਨੇ ਉਹਨਾਂ ਨੂੰ ਡਿਲੀਵਰ ਕੀਤਾ ਜਾ ਸਕੇ ਜਿਹੜੇ ਅਸੈਸਮੈਂਟ ਦੇ ਰਿਜ਼ਲਟਸ ਨੇ ਉਹ ਬੱਚੇ ਦੇ ਜਿਹੜਾ ਕੋਈ ਵੀ ਉਹਨੇ ਲਰਨ ਕੀਤਾ ਹੈ ਪ੍ਰੋਡਕਟਿਵ ਮੈਨਰ ਦੇ ਵਿੱਚ ਉਹ ਸਾਰਾ ਇਹਦੇ ਦੁਆਰਾ ਪਤਾ ਲੱਗਦਾ ਹੈ ਕਿ ਬੱਚੇ ਨੇ ਕੀ ਸਿੱਖਿਆ ਸੀ ਬੱਚੇ ਦੀ ਸਹੀ ਤਰੀਕੇ ਨਾਲ ਜਿਹੜੀ ਅਸੈਸਮੈਂਟ ਹੈ ਉਹਦੇ ਰਿਜ਼ਲਟਸ ਦੀ ਕਰ ਸਕਦੇ ਆ ਕਿਉਂਕਿ ਬੱਚੇ ਨੇ ਆਪਣੇ అనుభవਾਂ ਦੇ ਹਿਸਾਬ ਨਾਲ ਸਿੱਖਣਾ ਹੈ ਇਸ ਕਰਕੇ ਜੋ ਬੱਚਾ ਸਿੱਖ ਰਿਹਾ ਹੈ ਤਾਂ ਅਸੀਂ ਉਹਦੇ ਅਕੋਰਡਿੰਗ ਜਿਹੜੀ ਅਸੈਸਮੈਂਟ ਹੈ ਬੱਚੇ ਦੀ ਉਹ ਕਰ ਸਕਦੇ ਆ ਨੈਕਸਟ ਹੈ ਫਿਊਚਰ ਓਰੀਐਂਟਡ ਲਰਨਿੰਗ ਹੁਣ ਜੋ ਬੱਚਾ ਐਕਸਪੀਰੀਐਂਟਲ ਲਰਨਿੰਗ ਦੇ ਦੌਰਾਨ ਸਿੱਖ ਰਿਹਾ ਤਾਂ ਉਹ ਕੀ ਚੀਜ਼ ਹੈ ਫਿਊਚਰ ਓਰੀਐਂਟਡ ਲਰਨਿੰਗ ਹੈ ਉਹਦੀ ਕਿਉਂਕਿ ਫਿਊਚਰ ਦੇ ਵਿੱਚ ਉਹਦੇ ਜ਼ਿਆਦਾ ਕੰਮ ਆਏਗੇ ਇਸ ਕਰਕੇ ਫਿਊਚਰ ਦੇ ਨਾਲ ਇਹ ਜ਼ਿਆਦਾ ਕਨੈਕਟਡ ਹੈ ਅੱਜ ਬੱਚਾ ਜੋ ਵੀ ਪੜ ਰਿਹਾ ਕੋਈ ਪ੍ਰੈਕਟਿਸ ਕਰ ਰਿਹਾ ਕੋਈ ਆਪਣੇ ਜਿਹੜੇ ਐਕਸਪੈਰੀਮੈਂਟਸ ਨੇ ਕੋਈ ਪ੍ਰੈਕਟੀਕਲ ਵਰਕ ਹੈ ਉਹਦੇ ਦੁਆਰਾ ਸਿੱਖ ਰਿਹਾ ਬਟ ਇਹ ਜਿਹੜਾ ਜ਼ਿਆਦਾਤਰ ਕੰਮ ਆ ਉਹਦੇ ਫਿਊਚਰ ਦੇ ਵਿੱਚ ਹੀ ਆਏਗਾ ਨੈਕਸਟ ਹੈ ਵਾਈਡਨਸ bizness sector ਇਹਨਾਂ ਜਿਹੜਾ ਇਹ bizness sector ਹੈ ਉਹਦਾ ਜਿਹੜਾ ਘੇਰ ਹੈ ਉਹ ਵੀ ਵਿਸ਼ਾਲ ਹੁੰਦਾ ਹੈ ਜਿਹੜੀ ਉਹ ਐਕਸਪੀਰੀਐਂਟਲ ਲਰਨਿੰਗ ਹੈ ਇਹਦੀ ਜਿਹੜੀ ਵਰਤੋਂ ਆ ਸਭ ਤੋਂ ਪਹਿਲਾਂ ਜਿਹੜੇ ਕੋਈ ਵੀ ਕਾਰਪੋਰੇਟ ਲਰਨਰਸ ਹੁੰਦੇ ਨੇ ਉਹਨਾਂ ਦੇ ਲਈ ਵਰਤੋਂ ਕੀਤੀ ਜਾਂਦੀ ਹੈ ਇਹਨਾਂ ਦੀ ਜਿਹੜੇ ਬਿਜ਼ਨਸ ਸਕੂਲਸ ਨੇ ਉਹਨਾਂ ਦੀ ਐਕਟੀਵਿਟੀਆਂ ਤੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੀਆਂ ਐਕਟੀਵਿਟੀਆਂ ਦੀ ਇਹ ਪ੍ਰੋਗਰਾਮਸ ਪ੍ਰੋਗਰੈਸ ਦੇ ਲਈ ਉਹਨਾਂ ਨੂੰ ਮੋਟੀਵੇਟ ਕਰਦੀਆਂ ਨੇ ਤੇ ਜਿਹਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹਨਾਂ ਦੀ ਕੋਆਪਰੇਸ਼ਨ ਵੀ ਸ਼ਾਮਿਲ ਹੁੰਦੀ ਹੈ ਮੀਨਸ ਇਹ ਬਿਜ਼ਨਸ ਦੇ ਫੀਲਡ ਦੇ ਵਿੱਚ ਵੀ ਇਹਦੀ ਜਿਹੜੀ ਵਰਤੋਂ ਆ ਉਹ ਹੈ ਮਲਟੀਪਲ ਕਾਈਂਡਸ ਆਫ ਪ੍ਰੋਗਰਾਮਸ ਹੁਣ ਇਹਦੇ ਵਿੱਚ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਗਰਾਮ ਨੇ ਕਾਰਜਕ੍ਰਮ ਨੇ ਉਹ ਵੀ ਸ਼ਾਮਿਲ ਨੇ ਉਨ ਐਕਸਪੀਰੀਐਂਟ ਲਰਨਿੰਗ ਦੇ ਵਿੱਚ ਆਮ ਤੌਰ ਤੇ ਵਕਫ ਵਕਤਰਾਂ ਦੇ ਜਿਹੜੇ ਪ੍ਰੋਗਰਾਮਸ ਨੇ ਉਹਨਾਂ ਦੇ ਵਿੱਚ ਇਹ ਵਾਪਰਦਾ ਹੈ ਜਿਨ੍ਹਾਂ ਦਾ ਮੇਨ ਮੋਟਿਵ ਕੀ ਹੁੰਦਾ ਹੈ ਕਿ ਡਾਇਰੈਕਟ ਐਕਸਪੀਰੀਐਂਸ ਤੋਂ ਜਿਹੜੀ ਨੌਲੇਜ ਆ ਉਹ ਲੈਣੀ ਹੈ ਵਕਫ ਵਕਤਰਾਂ ਦੀ ਜਿਹੜੇ ਸਕਿੱਲਸ ਨੂੰ ਡਿਵੈਲਪ ਕਰਨੀਆਂ ਨੇ ਤੇ ਜਿਹੜੀਆਂ ਵਕਫ ਵਕਤਰਾਂ ਦੇ ਸਟੇਜਸ ਨੇ ਉਹਨਾਂ ਦੀ ਫਾਰਮੇਸ਼ਨ ਕਰਨੀ ਹੁੰਦੀ ਹੈ ਜਿਵੇਂ ਕਿ ਸਰਵਿਸ ਲਰਨਿੰਗ ਹੋਗੀ ਇੰਟਰਸਟਿੰਗ ਲਰਨਿੰਗ ਹੈ ਤੇ ਆਊਟਡੋਰ ਤੇ ਜਿਹੜੀ ਐਜੂਕੇਸ਼ਨ ਹੈ এনਵਾਇਰਨਮੈਂਟ ਦੇ ਨਾਲ ਰਿਲੇਟਡ ਜਾਂ ਕੋਈ ਵੀ ਕਿਸੇ ਕੰਮ ਦੇ ਉੱਪਰ ਜਦੋਂ ਇੰਟਰਨਸ਼ਿਪ ਲੱਗਦੀ ਹੈ ਤਾਂ ਇਹ ਸਾਰੀਆਂ ਜਿਹੜੀਆਂ ਇਹਦੀਆਂ ਹੀ ਉਦਾਹਰਨਾਂ ਨੇ ਮੀਨਸ ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰੋਗਰਾਮਸ ਨੇ ਉਹ ਆਰਗੇਨਾਈਜ਼ ਕੀਤੇ ਜਾਂਦੇ ਨੇ ਨੈਕਸਟ ਹੈ ਰੇਂਜ ਆਫ ਵੇਰੀਏਬਲ ਅਪਰੋਚਸ ਮੀਨਸ ਜਿਹੜੇ ਵੱਖ-ਵੱਖ ਤਰ੍ਹਾਂ ਦੀਆਂ ਅਪਰੋਚਸ ਨੇ ਉਹ ਵੀ ਇਹਦੀ ਰੇਂਜ ਦੇ ਵਿੱਚ ਆਉਂਦੀਆਂ ਨੇ ਜਿਵੇਂ ਕਿ ਲੈਬੋਰੀਟਰੀ ਹੋ ਗਈ ਵਰਕਸ਼ਾਪਸ ਨੇ ਕੋਈ ਜਿਹੜੀ ਅਪਰੈਂਟਸ਼ਿਪ ਲੱਗਦੀ ਹੁੰਦੀ ਹੈ ਇਨਕੁਆਰੀ ਬੇਸਡ ਲਰਨਿੰਗ ਹੈ ਕੋਈ ਪ੍ਰੋਜੈਕਟ ਵਰਕ ਨੇ ਜਿਹੜੇ ਕਿ ਲਰਨਿੰਗ ਦੇ ਨਾਲ ਰਿਲੇਟਡ ਨੇ ਇਹ ਸਾਰੇ ਹੀ ਜਿਹੜੀਆਂ ਇਹ ਵੇਰੀਅਸ ਅਪਰੋਚਸ ਨੇ ਉਹ ਇਹਦੇ ਵਿੱਚ ਡਾਇਰੈਕਟਲੀ ਅਟੈਚਡ ਨੇ ਮੀਨਸ ਇਹਦੇ ਵਿੱਚ ਅਸੀਂ ਕਿਸੇ ਇੱਕ ਚੀਜ਼ ਨੂੰ ਨਹੀਂ ਕਾਊਂਟ ਕਰਦੇ ਸਗੋਂ ਵੱਖ-ਵੱਖ ਤਰ੍ਹਾਂ ਜਿਹੜੇ ਅਪਰੋਚਸ ਨੇ ਉਹਦੇ ਦੁਆਰਾ ਬੱਚੇ ਨੇ ਜਿਹੜੇ ਉਹ ਐਕਸਪੀਰੀਐਂਟਲ ਲਰਨਿੰਗ ਮੀਨਸ ਆਪਣੇ ਆਪਣੇ ਜਿਹੜੇ ਅਨੁਭਵ ਨੇ ਉਹਨਾਂ ਦੇ ਦੁਆਰਾ ਸਿੱਖਦੇ ਨੇ ਹੁਣ ਜਿਵੇਂ ਅਸੀਂ ਬੱਚੇ ਨੂੰ ਲਾਇਬ੍ਰੇਰੀ ਦੇ ਵਿੱਚ ਲੈ ਕੇ ਸੌਰੀ ਲੈਬੋਰੇਟਰੀ ਦੇ ਵਿੱਚ ਲੈ ਕੇ ਜਾਂ ਤਾਂ ਉੱਥੇ ਬੱਚੇ ਪ੍ਰੈਕਟਿਕ ਪ੍ਰੈਕਟੀਕਲ ਕਰਨਗੇ ਵਰਕਸ਼ਾਪ ਤੇ ਲੈ ਕੇ ਗਿਆ ਤਾਂ ਉੱਥੇ ਹੀ ਬੱਚੇ ਨੂੰ ਪ੍ਰੈਕਟੀਕਲ ਕਰਕੇ ਦਿਖਾਇਆ ਜਾਏਗਾ ਕੋਈ ਸੀ ਪ੍ਰੋਜੈਕਟ ਦੇ ਰਿਹਾ ਤਾਂ ਉਹਨੂੰ ਵੀ ਬੱਚੇ ਖੁਦ ਕਰਕੇ ਸਿੱਖਣਗੇ ਨੈਕਸਟ ਹੈ ਅਬਰਾਡ ਅੰਬ੍ਰੇਲਾ ਟਰਮ ਇੱਕ ਵਿਸ਼ਾਲ ਛਤਰੀ ਪਦਵੀ ਇਹਨੂੰ ਕਿਹਾ ਜਾਂਦਾ ਹੈ ਕਿਉਂਕਿ ਲਰਨਿੰਗ ਬਾਏ ਡੂਇੰਗ ਦਾ ਜਿਹੜਾ ਅਸੀਂ ਟਾਈਟਲ ਬਹੁਤ ਵਾਰ ਪੜ੍ਹਦੇ ਆ ਕਿ ਕਰਕੇ ਸਿੱਖਣਾ ਤਾਂ ਹੁਣ ਬੱਚਾ ਕਰਕੇ ਕਿਵੇਂ ਸਿੱਖਦਾ ਹੈ ਕੋਆਪਰੇਟਿਵ ਲਰਨਿੰਗ ਦੇ ਵਿੱਚ ਰੋਮਾਂਚਿਕ ਲਰਨਿੰਗ ਹੈ ਐਕਸਪੀਰੀਐਂਟਲ ਲਰਨਿੰਗ ਹੋ ਗਿਆ ਤੇ ਜਾ ਜਿਹੜਾ ਗੁਰੂ ਹੁੰਦਾ ਉਹਦੇ ਤੋਂ ਸਿੱਖਣਾ ਹੁਣ ਐਕਸਪੀਰੀਐਂਟਲ ਲਰਨਿੰਗ ਦਾ ਇਹ ਜਿਹੜਾ ਇੱਕ ਸਟੇਟਮੈਂਟ ਕਹਿ ਲਓ ਇੱਕ ਪੁਆਇੰਟ ਕਹਿ ਲਓ ਇੱਕ ਅੰਬ੍ਰੇਲਾ ਟਰਮ ਮੀਨ ਜਿਹੜੇ ਕਿ ਬਹੁਤ ਬ੍ਰਾਡ ਹੁਣ ਅੰਬ੍ਰੇਲਾ ਤਾਂ ਦੇਖੋ ਜਦੋਂ ਬਾਰਿਸ਼ ਹੋ ਰਹੀ ਹੁੰਦੀ ਤਾਂ ਸਾਨੂੰ ਪੂਰੇ ਨੂੰ ਕਵਰ ਕਰਦੀ ਹੈ ਤੈਸੇ ਦੀ ਕਰਨ ਜਿਹੜਾ ਹੁਣ ਐਕਸਪੀਰੀਐਂਟਲ ਲਰਨਿੰਗ ਹੈ ਇੱਕ ਬ੍ਰਾਡ ਅੰਬ੍ਰੇਲਾ ਦੀ ਤਰ੍ਹਾਂ ਹੀ ਹੈ ਜਿਹਦੇ ਵਿੱਚ ਬਹੁਤ ਸਾਰਾ ਜਿਹੜਾ ਏਰੀਆ ਬੱਚੇ ਦੇ ਨਾਲ ਰਿਲੇਟਡ ਹੋ ਕਵਰ ਹੁੰਦਾ ਹੈ ਵੱਖ-ਵੱਖ ਤਰ੍ਹਾਂ ਦੇ ਜਿਹੜੇ ਐਕਸਪੀਰੀਐਂਸ ਨੇ ਬੱਚਾ ਗੇਨ ਕਰਦਾ ਹੈ a broad range of design models ਜਿਹੜੇ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਮਾਡਲ ਨੇ ਉਹਨਾਂ ਦੀ ਵਿੱਚ ਜਿਹੜੀ ਵਿਸ਼ਾਲ ਸੀਮਾ ਹੋ ਸ਼ਾਮਿਲ ਹੈ ਕਿਉਂਕਿ ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਜਿਹੜੀ ਟੈਕਨੋਲੋਜੀ ਹੈ ਉਹਦੀ ਵਰਤੋਂ ਕੀਤੀ ਜਾਂਦੀ ਹੈ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਢੰਗ ਨੇ ਤੇ ਇਹ ਜਿਹੜਾ ਡਿਜੀਟਲ ਅਸੀਂ ਯੁੱਗ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਜੋ ਸਾਨੂੰ ਗਿਆਨ ਲੋੜੀਂਦਾ ਉਹਨੂੰ ਡਿਵੈਲਪ ਕਰਨ ਦੇ ਲਈ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਸਕਿੱਲਸ ਨੇ ਉਹ ਸਿਖਾਉਣ ਦੇ ਲਈ ਜਿਹੜੀ ਟੈਕਨੋਲੋਜੀ ਉਹਦੀ ਵਰਤੋਂ ਕੀਤੀ ਜਾਂਦੀ ਹੈ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਸਿਰਫ ਇੰਨੇ ਨੈਕਸਟ ਟਾਪਿਕ ਨੇ ਜਿਹੜੇ ਸੈਂਸ ਪੇਪਰ ਦੇ ਨਾਲ ਰਿਲੇਟਡ ਹੀ ਕਰਾਂਗੇ ਥੈਂਕ ਯੂ